ਵੀ ਜੀ ਜਿਉਂ ਹੀ ਕਿਸੇ ਪੀੜਤ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਪਰਚਾ ਦਰਜ ਕਰਨ ਲਈ, ਤਾਂ ਜਿਹੜਾ ਮੌਜੂਦਾ ਅਫਸਰ ਹੈ ਉਹ ਪੜਤਾਲ ਸ਼ੁਰੂ ਕਰ ਦਿੰਦਾ। ਸੋ ਇਸ ਬਾਰੇ ਸਾਨੂੰ ਦੱਸੋ ਕਿ ਇਹ ਪੜਤਾਲ ਜ਼ਰੂਰੀ ਹੁੰਦੀ ਹੈ? ਪਹਿਲਾਂ ਤਾਂ ਆਪਾਂ ਸਮਝੀਏ ਵੀ ਪੜਤਾਲ ਕਿਹਨੂੰ ਕਹਿੰਦੇ ਆ। ਜਦੋਂ ਕੋਈ ਵਿਅਕਤੀ ਕਿਸੇ ਜੁਰਮ ਬਾਰੇ ਸੂਚਨਾ ਦਿੰਦੀ ਹੈ ਤਾਂ ਉਸ ਦੇ ਸੂਚਨਾ ਨੂੰ ਵੈਰੀਫਾਈ ਕਰਨ ਲਈ, ਸੱਚ ਜਾਣਨ ਲਈ ਪੁਲਿਸ ਪਰਚਾ ਦਰਜ ਤੋਂ ਕਰਨ ਤੋਂ ਪਹਿਲਾਂ ਜਿਹੜੀ ਛਾਣਬੀਨ ਕਰਦੀ ਹੈ ਉਸ ਨੂੰ ਅਸੀਂ ਪੜਤਾਲ ਕਹਿੰਦੇ ਹਾਂ। ਇਸ ਨੂੰ ਕਾਨੂੰਨ ਦੇ ਵਿੱਚ ਹੋਰ ਕਰਕੇ ਮੁੱਢਲੀ ਪੜਤਾਲ ਕਿਹਾ ਜਾਂਦਾ ਹੈ, ਪ੍ਰਿਮਿਲਰੀ ਇਨਕੁਆਇਰੀ। ਮੁੱਢਲੀ ਪੜਤਾਲ ਪਰਚਾ ਦਰਜ ਕਰਨ ਤੋਂ ਪਹਿਲਾਂ ਉਸ ਦੋਸ਼ਾਂ ਦੀ ਛਾਣਬੀਨ ਕਰ ਲਈ ਜੋ ਪੁਲਿਸ ਕਾਰਵਾਈ ਕਰਦੀ ਹੈ ਉਸਨੂੰ ਪੜਤਾਲ ਕਹਿੰਦੇ ਆ। ਹੁਣ ਇਹ ਤੁਹਾਡੇ ਵਾਲਾ ਸਵਾਲ ਹੈ ਵੀ ਪੜਤਾਲ ਕੀ ਕਰਨੀ ਜ਼ਰੂਰੀ ਹੈ ਜਾਂ ਕੀ ਕਰਨੀ ਜੇ ਕਰ ਸਕਦੀ ਹੈ ਤਾਂ ਕਿਹੜੇ ਕੇਸਾਂ 'ਚ ਕਰ ਸਕਦੀ ਹੈ, ਇਹ ਸਵਾਲ ਹੈ। ਹੁਣ ਇਹਦਾ ਵੀ ਉਹੀ ਜਿਹੜਾ ਇੱਕ ਕਦੇ ਕਦੇ ਜਿਹੜਾ ਸੁਪਰੀਮ ਕੋਰਟ ਹੈ ਕਿਸੇ ਮਸਲੇ ਨੂੰ ਹੱਲ ਕਰਨ ਦੇ ਲਈ, ਕਾਨੂੰਨ ਦੀਆਂ ਉਲਝਣਾਂ ਨੂੰ ਹੱਲ ਕਰਨ ਲਈ ਪੰਜ ਜੱਜਾਂ ਦਾ ਜਿਹੜਾ ਬੈਂਚ ਹੈ ਜਿਹਨੂੰ ਸੰਵਿਧਾਨਕ ਬੈਂਚ ਕਹਿ ਦਿੰਦੇ ਹਾਂ ਅਸੀਂ, ਉਹ ਕਦੇ ਕਦੇ ਬੈਠਦਾ ਇੱਕ ਮਸਲੇ 'ਤੇ ਤਾਂ ਕਦੀ 40 ਸਾਲਾਂ 50 ਸਾਲਾਂ 'ਚ ਇੱਕ 'ਤੇ ਬੈਠਦਾ, ਔਰ ਉਹ ਜੋ ਫੈਸਲੇ ਫਿਰ ਉਹ ਹੁੰਦੇ ਆ ਉਹ ਅੰਤਿਮ ਹੁੰਦੇ ਆ, ਬੜੀ ਪੁਣ ਸ਼ਾਨ ਬਾਅਦ ਹੁੰਦੇ ਆ। ਹੁਣ ਇਸੇ ਤਰ੍ਹਾਂ ਹੀ FIR ਦੇ ਮਸਲੇ ਨੂੰ ਵਿਚਾਰਨ ਲਈ ਸੁਪਰੀਮ ਕੋਰਟ ਵੱਲੋਂ 2013 'ਚ 5 ਜੱਜਾਂ ਦੇ ਅਧਾਰਤ ਇੱਕ ਫੈਸਲਾ ਹੋਇਆ ਸੀਗਾ ਜਿਹਦਾ ਨਾਂ ਲਲਿਤਾ ਕੁਮਾਰੀ ਬਨਾਮ ਸਰਕਾਰ ਹੈ, ਬੜਾ ਮਸ਼ਹੂਰ ਕੇਸ ਹੈ। ਉਹਦੇ ਵਿੱਚ FIR ਦੇ ਹਰ ਪਹਿਲੂ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਹਦਾਇਤਾਂ ਕੀਤੀ ਗਈਆਂ। ਹੁਣ ਸੁਪਰੀਮ ਕੋਰਟ ਨੇ ਇਸੇ ਕੇਸ 'ਚ ਇਸ ਸਵਾਲ ਦਾ ਜਵਾਬ ਦਿੰਦੇ ਇਹ ਗੱਲ ਕਹੀ ਹੈ ਵੀ ਜਿਸ ਸੂਚਨਾ ਤੋਂ ਅਜਿਹਾ ਜੁਰਮ ਹੋਣਾ ਸਿੱਧ ਹੁੰਦਾ ਹੋਵੇ ਜਿਹਦੇ ਬਾਰੇ ਕੋਈ ਸ਼ੱਕ ਹੀ ਨਹੀਂ ਹੈ ਤਾਂ ਉਹਦੇ ਉੱਤੇ ਪੁਲਿਸ ਨੂੰ ਜਿਹੜੀ ਹੈਗੀ ਆ ਉਹ ਪਰਚਾ ਦਰਜ ਕਰਨਾ ਬੰਦ ਹੈ। ਹੁਣ ਇੱਕ ਕਹਿੰਦਾ ਬੰਦਾ ਵੀ ਮੇਰਾ ਬਾਪੂ ਆ ਜਿਹੜਾ ਉਸ ਦੇ ਮੇਰੇ ਗੁਆਂਢੀ ਨੇ ਸੱਟਾਂ ਮਾਰੀਆਂ, ਉਹਦੇ ਮੇਰੇ ਬਾਪੂ ਦੀਆਂ ਦੋਨਾਂ ਲੱਤਾਂ ਟੁੱਟੀਆਂ ਪਈਆਂ ਨੇ ਔਰ ਉਹ DMC ਸਿਵਲ ਹਸਪਤਾਲ ਦੇ ਵਿੱਚ ਦਾਖਲ ਹੈ, ਤੁਸੀਂ ਕਾਰਵਾਈ ਕਰੋ। ਤਾਂ ਹੁਣ ਇਹਦੇ ਵਿੱਚ ਜੇ ਬਾਪੂ ਦੀਆਂ ਲੱਤਾਂ ਟੁੱਟੀਆਂ ਹੋਈਆਂ ਨੇ, ਗੁਆਂਢੀ ਨੇ ਸੱਟਾਂ ਮਾਰੀਆਂ ਨੇ, ਜਿਹਨੇ ਮਾਰੀਆਂ ਨੇ ਜਿਹਦੇ ਸਾਹਮਣੇ ਮਾਰੀਆਂ ਨੇ ਉਹ ਸੂਚਨਾ ਦੇ ਰਿਹਾ, ਤਾਂ ਇਹਦੇ 326 ਦਾ ਮੁਕੱਦਮਾ ਬਣਦਾ IPC ਦਾ। ਤਾਂ ਇਹਦੇ ਵਿੱਚ ਸੁਪਰੀਮ ਕੋਰਟ ਕਹਿੰਦਾ ਇਸ ਕੇਸ 'ਚ ਵੀ ਪੁਲਿਸ ਨੂੰ ਕੋਈ ਸੋਚਣ ਦੀ ਲੋੜ ਨਹੀਂ ਹੈ, ਕੋਈ ਪੜਤਾਲ ਕਰਨ ਦੀ ਲੋੜ ਨਹੀਂ ਹੈ, ਸਿੱਧੇ ਤੌਰ ਦੇ ਉੱਤੇ ਉਹ ਪਰਚਾ ਦਰਜ ਕਰਨਾ ਬੰਦ ਹੈ। ਔਰ ਸੁਪਰੀਮ ਕੋਰਟ ਨੇ ਇੱਥੋਂ ਤੱਕ ਕਿਹਾ ਵੀ ਜੇ ਜਿੱਥੇ ਸੂਚਨਾ ਤੋਂ ਸਪੱਸ਼ਟ ਤੌਰ ਦੇ ਉੱਤੇ ਕੇਸ ਬਣਦਾ ਅਤੇ ਜੇ ਪੁਲਿਸ ਅਫਸਰ FIR ਦਰਜ ਨਹੀਂ ਕਰਦਾ ਤਾਂ ਉਹ ਵਿਭਾਗੀ ਕਾਰਵਾਈ ਦਾ ਮੁਲਜ਼ਮ ਬਣਦਾ, ਕੰਟੈਂਪਟ ਆਫ ਕੋਰਟ ਵੀ ਉੱਤੇ ਬਣ ਸਕਦੀ ਹੈ। ਸੁਪਰੀਮ ਕੋਰਟ ਨੇ ਇੱਥੇ ਸਖ਼ਤ ਪ੍ਰਸ਼ਨ ਦਾ ਉੱਤਰ ਦੇ ਦਿੱਤਾ। ਹੁਣ ਦੂਜੀ ਗੱਲ ਹੈ ਕਿ ਕੀ ਬਿਲਕੁਲ ਹੀ ਕਿਤੇ ਪੜਤਾਲ ਕਰਨ ਦਾ ਅਧਿਕਾਰ ਨਹੀਂ ਹੈ, ਕੀ ਰਾਸ਼ਟਰਪਤੀ ਦੇ ਉੱਤੇ ਐਲੀਗੇਸ਼ਨ ਲੱਗ ਜਾਣ, ਕੀ ਪ੍ਰਧਾਨ ਮੰਤਰੀ ਦੇ ਉੱਤੇ ਐਲੀਗੇਸ਼ਨ ਲੱਗ ਜਾਣ, ਕੀ ਸੁਪਰੀਮ ਕੋਰਟ ਦੇ ਕਿਸੇ ਜੱਜ ਦੇ ਉੱਤੇ ਬਹੁਤ ਵੱਡੀ ਅਥਾਰਟੀ ਦੇ ਉੱਤੇ ਅਜਿਹੇ ਜੁਰਮ ਲੱਗ ਜਾਣ, ਦੋਸ਼ ਲੱਗ ਜਾਣ ਜਿਹਨਾਂ ਬਾਰੇ ਸੋਚਿਆ ਹੀ ਨਾ ਜਾ ਸਕਦਾ ਹੋਵੇ, ਕੋਈ ਕਹੇ ਜੀ ਮੇਰੇ ਨਾਲ ਬਲਾਤਕਾਰ ਹੋ ਗਿਆ, ਕੋਈ ਕਹੇ ਮੇਰਾ ਸਾਈਕਲ ਚੋਰੀ ਕਰ ਲਿਆ ਮੇਰੇ ਰਾਸ਼ਟਰਪਤੀ ਨੇ, ਤਾਂ ਇਹ ਜਿਹੇ ਹਾਲਾਤ ਵੀ ਪੈਦਾ ਹੁੰਦੇ ਆ ਪੁਲਿਸ ਨੂੰ ਜਿੱਥੇ ਪੜਤਾਲ ਦੀ ਵੀ ਜ਼ਰੂਰਤ ਹੁੰਦੀ ਹੈ। ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕੁਝ ਕੈਟੇਗਰੀਆਂ ਸ਼੍ਰੇਣੀਆਂ ਬਣਾਈਆਂ ਦੱਸੀਆਂ ਜਿਹਦੇ 'ਚ ਕਿਹਾ ਵੀ ਉਸ ਦੇ ਵਿੱਚ ਪੁਲਿਸ ਹੈ ਜਿਹੜੀ ਉਹ ਮੁਕੱਦਮਾ ਦਰਜ ਕਰਨ ਤੋਂ ਪਹਿਲਾਂ ਪੜਤਾਲ ਹੈ ਜਿਹੜੀ ਕਰ ਸਕਦੀ ਹੈ, ਉਹ ਵੀ ਜਾਣਨਾ ਜ਼ਰੂਰੀ ਹੈ ਕਿਉਂਕਿ ਅਸੀਂ ਦੇਖਿਆ ਵੀ ਪੁਲਿਸ ਨੂੰ ਵੀ ਪਤਾ ਇਸ ਫੈਸਲਿਆਂ ਦੇ ਬਾਰੇ ਵੀ ਕਿੱਥੇ ਉਹ ਪੜਤਾਲ ਕਰ ਸਕਦੀ ਹੈ। ਹਰ ਕੇਸ 'ਚ ਪੜਤਾਲ ਸ਼ੁਰੂ ਹੋ ਜਾਂਦੀ ਹੈ, ਪੜਤਾਲ ਹੀ ਨਹੀਂ ਪੜਤਾਲ 'ਤੇ ਪੜਤਾਲ ਸ਼ੁਰੂ ਹੁੰਦੀ ਰਹਿੰਦੀ ਹੈ। ਤਾਂ ਸੁਪਰੀਮ ਕੋਰਟ ਨੇ ਕਿਹੜੀਆਂ ਸ਼੍ਰੇਣੀਆਂ ਵੰਡੀਆਂ, ਉਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਰੱਖਿਆ ਪਰਿਵਾਰਕ ਝਗੜੇ, ਜਿਹੜੇ ਪਰਿਵਾਰਕ ਝਗੜਿਆਂ ਦੇ ਵਿੱਚ ਪਤੀ ਪਤਨੀ ਦੇ ਝਗੜੇ ਹੈ,
ਹੁਣ ਇਹਦੇ ਵਿੱਚ ਪੁਲਿਸ ਆ ਜਿਹੜੀ ਉਹ ਤਫਤੀਸ਼ ਕਰ ਸਕਦੀ ਹੈ ਵੀ ਜਿਹੜੇ ਲੜਕੀ ਨੇ ਜਾਂ ਲੜਕੀ ਦੇ ਵਾਰਸਾਂ ਨੇ ਆਪਣੇ ਲੜਕੀ ਦੇ ਸਹੁਰਿਆਂ 'ਤੇ ਉਹਦੇ ਪਤੀ 'ਤੇ ਉਹਦੇ ਸਹੁਰੇ 'ਤੇ ਦੋਸ਼ ਲਾਏ ਹੈ ਕੋਈ ਦਾਜ ਹੋਰ ਮੰਗਣ ਦਾ, ਤੰਗ ਪਰੇਸ਼ਾਨ ਕਰਨ ਦਾ, ਕੁੱਟਮਾਰ ਕਰਨ ਦਾ, ਉਹਨਾਂ ਦੀ ਉਹ ਪੜਤਾਲ ਹੈ ਜਿਹੜੀ ਪੁਲਿਸ ਪਹਿਲਾਂ ਕਰ ਲਵੇ। ਜਾਂ ਵਪਾਰਕ ਮਾਮਲੇ ਹੈ, ਕਿਸੇ ਵਪਾਰੀ ਨੇ ਕਿਹਾ ਵੀ ਮੇਰਾ ਜਿਹੜਾ ਅਸੀਂ ਚੈੱਕ ਦਿੱਤਾ, ਮੈਨੂੰ ਮਾਲ ਦਿੱਤਾ ਇਹਨੇ, ਉਹ ਮੁੜ ਗਿਆ, ਸੈਂਪਲ ਫੇਲ ਹੋ ਗਏ, ਜਾਂ ਮੇਰੇ ਨਾਲ ਡੀਲ ਕੀਤੀ ਸੀ ਜਾਇਦਾਦ ਖਰੀਦਣ ਦੀ, 50 ਲੱਖ ਰੁਪਇਆ ਮੇਰੇ ਬਿਆਨਾ ਲੈ ਲਿਆ, ਮੁੜ ਕੇ ਮੈਨੂੰ ਬਿਆਨਾ ਨਹੀਂ ਮੋੜਿਆ। ਅਜਿਹੇ ਜਿਹੜੇ ਮਾਮਲੇ ਆ ਵਪਾਰਕ ਮਾਮਲਿਆਂ ਬਾਰੇ, ਇਹਦੇ 'ਤੇ ਜਿਹੜੀ ਪੁਲਿਸ ਹੈ ਪਰਚਾ ਦਰਜ ਕਰਨ ਤੋਂ ਪਹਿਲਾਂ ਪੜਤਾਲ ਕਰ ਸਕਦੀ ਹੈ। ਫਿਰ ਜਿਹੜੇ ਮਾਮਲੇ ਨੇ ਡਾਕਟਰਾਂ ਦੇ ਖਿਲਾਫ, ਹੁਣ ਕਿਉਂਕਿ ਡਾਕਟਰ ਹੈ ਜਿਹੜਾ ਇਲਾਜ ਕਰਦਾ ਉਹਦੀ ਕੋਈ ਨੀਅਤ ਨਹੀਂ ਹੁੰਦੀ ਵੀ ਜਿਹੜਾ ਉਹਦਾ ਪੇਸ਼ੈਂਟ ਹੈ ਉਹਨੂੰ ਕੋਈ ਨੁਕਸਾਨ ਹੋ ਜੇ, ਉਹ ਮਰ ਜੇ, ਉਹਦਾ ਆਪਰੇਸ਼ਨ ਗਲਤ ਹੋ ਜੇ, ਉਹਦਾ ਕੋਈ ਆਪਰੇਸ਼ਨ ਕਰਦੇ ਕੋਈ ਅੰਦਰ ਰੂਮ ਵਗੈਰਾ ਕੋਈ ਰਹਿ ਜੇ, ਉਹਦੀ ਕੋਈ ਨੀਅਤ ਨਹੀਂ ਹੁੰਦੀ, ਕਿ ਐਲੀਗੇਸ਼ਨ ਲੱਗਦਾ ਡਾਕਟਰ ਦੇ ਉੱਤੇ, ਤਾਂ ਪੁਲਿਸ ਉਹਦੇ ਉੱਤੇ ਵੀ ਪੜਤਾਲ ਕਰ ਸਕਦੀ ਹੈ ਵੀ ਇਹ ਡਾਕਟਰ ਦੇ ਉੱਤੇ ਜੋ ਦੋਸ਼ ਲੱਗੇ ਆ ਉਹ ਠੀਕ ਨੇ। ਫਿਰ ਇੱਕ ਹੈਗੇ ਆ ਪੁਲਿਸ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹਨਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼, ਉਹਦੇ 'ਤੇ ਵੀ ਕੋਈ ਕਹੇ ਜੀ ਇਹਨੇ 100 ਏਕੜ ਜ਼ਮੀਨ ਬਣਾ ਲਈ, ਇਹਦਾ 50 ਕਰੋੜ ਰੁਪਏ ਬੈਂਕਾਂ ਜਮ੍ਹਾਂ, ਇਹਨੇ ਕੋਈ ਮਾਲ ਬਣਾ ਲਿਆ, ਇਹ ਬਣਾ ਲਿਆ, ਉਸ ਤਰ੍ਹਾਂ ਦੇ ਜਿਹੜੇ ਦੋਸ਼ ਹੈ ਉਹਨਾਂ ਦੇ ਬਾਰੇ ਵੀ ਪਰਚਾ ਦਰਜ ਕਰਨ ਤੋਂ ਪਹਿਲਾਂ ਜਿਹੜੀ ਪੁਲਿਸ ਹੈ ਉਹ ਪੜਤਾਲ ਕਰ ਸਕਦੀ ਹੈ। ਇੱਕ 5ਵੀਂ ਜੋ ਕੈਟੇਗਰੀ ਬਣਾਈ ਹੈ ਕਿ ਪੁਲਿਸ ਨੂੰ ਸੂਚਨਾ ਦੇਣ ਦੇ ਵਿੱਚ ਅਸਧਾਰਨ ਇੰਨੀ ਦੇਰ ਹੋ ਗਈ ਹੈ ਜਿਹਦੇ ਬਾਰੇ ਕੋਈ ਸਪਸ਼ਟੀਕਰਨ ਜਿਹੜਾ ਹੈ ਉਹ ਸੂਚਨਾ ਦੇਣ ਵਾਲੇ ਕੋਲ, ਤਲਾਈਏ ਕੋਲ ਨਹੀਂ ਹੈ, ਤਾਂ ਉਸ ਦੇਰ ਦੇ ਹੋਏ ਦੇਰੀ ਦਾ ਵੀ ਜਿਹੜਾ ਕਾਰਨ ਹੈ ਉਹ ਵੀ ਢੂੰਡਣ ਲਈ ਪੁਲਿਸ ਹੈ ਜਿਹੜੀ ਉਹ ਪੜਤਾਲ ਕਰ ਸਕਦੀ ਹੈ। ਉਦਾਹਰਣ ਦੇ ਲਈ ਕੋਈ ਲੜਕੀ ਹੈ ਉਹ ਪਹਿਲਾਂ ਮਰ ਗਈ, ਜ਼ਹਿਰ ਖਾ ਕੇ ਮਰ ਗਈ, ਅਸੀਂ ਉਹਦਾ ਸੰਸਕਾਰ ਕਰਤਾ, ਅਸੀਂ ਕਹਿਤਾ ਵੀ ਉਹ ਲੜਕੀ ਆਪ ਹੀ ਡਿਪਰੈਸ਼ਨ ਸੀ, ਕਿਸੇ ਦਾ ਕੋਈ ਕਸੂਰ ਨਹੀਂ, 3 ਮਹੀਨਿਆਂ ਬਾਅਦ ਅਸੀਂ ਸੂਚਨਾ ਦਿੰਦੇ ਹਾਂ ਪੁਲਿਸ ਨੂੰ ਵੀ ਨਹੀਂ ਜੀ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਉਹ ਲੜਕੀ ਨੂੰ ਜ਼ਹਿਰ ਜਾਣ ਕੇ ਦਿੱਤੀ ਹੈ, ਉਹਦਾ ਕਤਲ ਹੋਇਆ, ਜਾਂ ਉਹਨੂੰ ਤੰਗ ਕਰਦੇ ਸੀ, ਪਰੇਸ਼ਾਨ ਕਰਦੇ ਸੀ। ਤਾਂ ਇਸ ਤਰ੍ਹਾਂ ਦੀ ਸੂਚਨਾ ਜਿਹਦੇ 'ਚ 3 ਮਹੀਨਿਆਂ ਦੀ ਕੋਈ ਦੇਰ ਦਾ ਹੋਰ ਕਾਰਨ ਨਹੀਂ ਬਣਦਾ। ਕੋਈ ਹੋਰ ਕਹਿੰਦਾ ਵੀ ਜੀ ਪਹਿਲਾਂ ਸਾਡਾ ਅਸੀਂ ਗੁੰਮਸ਼ੋਧਾ ਦੀ ਤਲਾਸ਼ ਲਗਾ ਦੀ ਰਾਬਟ ਲਿਖਾਈ ਸੀ ਵੀ ਸਾਡਾ ਬੰਦਾ ਗੁੰਮ ਹੈ, ਉਹਨਾਂ ਸਾਨੂੰ ਪਤਾ ਲੱਗੇ ਉਹ ਤਾਂ ਮਾਰਤਾ, 6 ਮਹੀਨਿਆਂ ਬਾਅਦ ਅਸੀਂ ਰਿਪੋਰਟ ਦਿੰਦੇ ਹਾਂ। ਇੱਦਾਂ ਦੀਆਂ ਜਿਹੜੀਆਂ ਮਾਮਲੇ ਹੈ ਸ਼੍ਰੇਣੀਆਂ ਨੇ ਉਹਦੇ ਵਿੱਚ ਪੁਲਿਸ ਕੇਵਲ ਪੜਤਾਲ ਕਰ ਸਕਦੀ ਹੈ। ਇਹਦਾ ਕਾਰਨ ਵੀ ਸਪਸ਼ਟ ਹੈ। ਹੁਣ ਜਿਹੜਾ ਮੁਲਾਜ਼ਮ ਹੈ ਹੋ ਸਕਦਾ ਵੀ ਉਹਦੇ ਜਾਣ ਕੇ ਝੂਠਾ ਦੋਸ਼ ਲਾਇਆ ਹੋਵੇ, ਮੁਲਾਜ਼ਮ ਕੰਮ ਨਾ ਕਰ ਰਿਹਾ ਹੋਵੇ, ਦਾ ਸਰਕਾਰੀ ਕੋਈ ਅਧਿਕਾਰੀ ਹੈ ਜਿਹੜਾ ਸ਼ਿਕਾਇਤ ਵਾਲੇ ਦਾ। ਡਾਕਟਰ ਦੀ ਆਪਾਂ ਪਹਿਲਾਂ ਹੀ ਗੱਲ ਕਰਤੀ ਵੀ ਡਾਕਟਰ ਨੇ ਕੋਈ ਜਾਣ ਬੁੱਝ ਕੇ ਨਹੀਂ ਕੀਤਾ ਹੁੰਦਾ, ਦੇਖਣਾ ਹੁੰਦਾ ਪੁਲਿਸ ਨੇ ਵੀ ਵਾਕਈ ਅਣਗਹਿਲੀ ਵਰਤੀ ਹੈ, ਕੀ ਜਿਹੜਾ ਆਪਰੇਸ਼ਨ ਹੈ ਉਹ ਕਿਸੇ 4th ਕਲਾਸ ਨੇ ਤਾਂ ਨਹੀਂ ਕਰਤਾ, ਕੀ ਕਿਸੇ ਅਨਟ੍ਰੇਨਡ ਬੰਦੇ ਨੇ ਤਾਂ ਨਹੀਂ ਕਰਤਾ। ਹੋ ਸਕਦਾ ਠੀਕ ਹੋਵੇ ਗੱਲ, ਹੋ ਸਕਦਾ ਗਲਤ ਹੋਵੇ। ਇੱਦਾਂ ਹੀ ਪਰਿਵਾਰਕ ਝਗੜੇ ਉਹ 'ਚ ਵੀ ਦੇਖਣਾ, ਆਮ ਅਸੀਂ ਦੇਖਦੇ ਹਾਂ ਵੀ ਵਿੱਚ ਹੀ ਮਾਮੇ ਦਾ, ਦਾਦੇ ਦਾ, ਤਾਇਆਂ ਦਾ ਝਗੜਿਆ ਨਾ ਹੁੰਦਾ, ਕੀ ਕਿਸੇ ਦਾ ਕਸੂਰ ਹੈ ਜਾਂ ਨਹੀਂ ਹੈ। ਇਹੀ ਵਪਾਰਕ ਮਾਮਲੇ ਹੈ ਵੀ ਬਿਆਨਾ ਦਿੱਤਾ ਸੀ, ਰਜਿਸਟਰੀ ਕਿਉਂ ਨਹੀਂ ਹੋਈ, ਕੀ ਕਸੂਰ ਖਰੀਦਦਾਰ ਦਾ ਜਾਂ ਵੇਚਣ ਵਾਲਿਆਂ ਦਾ। ਅਜਿਹੇ ਮਾਮਲਿਆਂ ਦੇ ਵਿੱਚ ਪੜਤਾਲ ਹੋਣੀ ਚਾਹੀਦੀ ਹੀ ਹੈ। ਇਸ ਲਈ ਜਿਹੜਾ ਸੁਪਰੀਮ ਕੋਰਟ ਹੈ ਉਸਨੇ ਆਪਣੇ ਇਸ ਮਹੱਤਵਪੂਰਨ ਫੈਸਲੇ ਦੇ ਵਿੱਚ ਇਹ ਕਿਹਾ ਵੀ ਇਹ 5 ਕੈਟੇਗਰੀਆਂ ਦੇ ਵਿੱਚ ਪੁਲਿਸ ਆ ਜਿਹੜੀ ਪੜਤਾਲ ਕਰ ਸਕਦੀ ਹੈ, ਜੇ ਹੋਰ ਕੋਈ ਇਸ ਤਰ੍ਹਾਂ ਦੀ ਹੋਵੇ। ਇਹ ਜ਼ਰੂਰੀ ਨਹੀਂ ਵੀ ਪੁਲਿਸ ਇਹ 'ਚ ਵੀ ਪੜਤਾਲ ਕਰੇ, ਬਿਨਾਂ ਪੜਤਾਲ 'ਤੇ ਵੀ ਪਰਚਾ ਜਿਹੜਾ ਹੈਗਾ ਦਰਜ ਕਰ ਸਕਦੀ ਹੈ। ਪਰ ਇਹਦੇ ਵਿੱਚ ਜੇ ਚਾਹੇ ਪੁਲਿਸ ਅਤੇ ਪੁਲਿਸ ਨੂੰ ਲੱਗਦਾ ਹੋਵੇ ਵੀ ਗੜਬੜ ਹੈ, ਸੱਚ ਨਹੀਂ ਬੋਲ ਰਿਹਾ ਤਲਾਈਆ, ਤਾਂ ਪੜਤਾਲ ਕਰ ਸਕਦੀ ਹੈ।
ਪਰ ਬਾਕੀ ਜਿਹੜੀਆਂ ਘਟਨਾਵਾਂ ਨੇ, ਜੁਰਮ ਨੇ ਜਿਹੜੇ ਸਪਸ਼ਟ ਨੇ, ਫੌਰੀ ਤੌਰ ਦੇ ਉੱਤੇ ਹੋਏ ਵੀ ਹੈ, ਉਹਦੇ ਵਿੱਚ ਪੁਲਿਸ ਨੂੰ ਫੌਰੀ ਤੌਰ ਦੇ ਉੱਤੇ FIR ਦਰਜ ਕਰਨ ਦੀ ਹਦਾਇਤ ਹੈ, ਕਾਨੂੰਨ ਦੀ ਵੀ, ਜ਼ਾਬਤਾ ਫੌਜਦਾਰੀ ਦੀ ਵੀ, ਔਰ ਇਸ ਫੈਸਲੇ ਦੀ ਵੀ। ਔਰ ਹੁਣ ਇਹ ਆ ਵੀ ਕੀ ਹੋਵੇ, ਕੀ ਫਿਰ ਕਿਉਂ ਹੋ ਕੇ ਫਿਰ ਕੀ ਹੈ, ਕਾਨੂੰਨ ਇਹ ਕਹਿੰਦਾ, ਸੁਪਰੀਮ ਕੋਰਟ ਇਹ ਕਹਿੰਦੇ ਵੀ FIR ਦਰਜ ਕਰੋ ਜੇ ਕੋਈ ਘਟਨਾ ਵਾਪਰ ਗਈ ਜਿਹਦੇ ਬਾਰੇ ਤੁਹਾਨੂੰ ਇਤਲਾਹ ਮਿਲ ਗਈ ਹੈ, ਸੂਚਨਾ ਤੁਹਾਨੂੰ ਲੱਗਦਾ ਵੀ ਗਲਤ ਹੈ, ਤੁਸੀਂ FIR ਕਰੋ, ਉਸ ਤੋਂ ਬਾਅਦ ਤਫਤੀਸ਼ ਕਰੋ ਔਰ ਕਹੋ ਵੀ ਇਹ ਕਤਲ ਗਲਤ ਹੈ, ਇਹ ਮੁਲਾਜ਼ਮ 'ਤੇ ਦੋਸ਼ ਗਲਤ ਲੱਗੇ ਨੇ ਜਾਂ ਬਲਾਤਕਾਰ ਹੋਇਆ ਹੀ ਨਹੀਂ, ਉਦੋਂ ਬਾਅਦ ਗੱਲ ਕਰੋ ਜੋ ਕਰਨੀ ਹੈ, ਤੁਸੀਂ ਕੈਂਸਲ ਕਰ ਸਕਦੇ ਹੋ ਕੇਸ ਨੂੰ, ਪਰ ਇੱਕ ਵਾਰ ਪਰਚਾ ਦਰਜ ਕਰਨਾ ਜਿਹੜਾ ਹੈਗਾ ਉਹ ਜ਼ਰੂਰੀ ਹੈ। ਇਸ ਲਈ ਜਿਹੜੀਆਂ ਇਹਨਾਂ ਤੋਂ ਬਿਨਾਂ, ਪੰਜ ਸ਼੍ਰੇਣੀਆਂ ਤੋਂ ਬਿਨਾਂ ਅਗਰ ਪੁਲਿਸ ਪੜਤਾਲ ਕਰਦੀ ਹੈ ਤਾਂ ਉਹ ਕਾਨੂੰਨ ਅਨੁਸਾਰ ਨਹੀਂ ਹੈ, ਅਤੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਵੀ ਬਾਕੀ ਦੇ ਜਿਹੜੇ ਜੁਰਮ ਹੈ ਉਹਦੇ ਵਿੱਚ ਪੜਤਾਲ ਕਰੇ, ਜੇ ਕਰਦੇ ਹੈ ਤਾਂ ਉਹ ਗਲਤ ਕਰਦੇ। ਜੀ ਜਿੱਥੇ ਪੜਤਾਲ ਦੀ ਗੱਲ ਆਉਂਦੀ ਹੈ ਕਿ ਪੁਲਿਸ ਪੜਤਾਲ ਕਰ ਰਹੀ ਹੈ, ਕੋਈ ਜਿਹੜੀ ਪੜਤਾਲ ਪੁਲਿਸ ਵੱਲੋਂ ਕੀਤੀ ਜਾਂਦੀ ਹੈ, ਕੋਈ ਉਹਦਾ